ਉਹ ਮੇਰੀ ਤਾਂ ਜ਼ਬਾਨ ਤਾਲੂ ਸਾਰਾ ਕੁਛ ਸੜ ਰਿਹਾ ਬੋਲ ਹੀ ਨਹੀਂ ਹੋ ਰਿਹਾ ਵਾ ਕੀ ਕਰਾਂ ਕੋਈ ਚੀਨੀ ਨਹੀਂ ਕੀ ਕੋਈ ਮਿੱਠਾ ਤਾਂ ਦਿਓ ਥੋੜ੍ਹਾ ਜਿਹਾ ਅਮੈਰੀਕਾ ਤੋਂ ਨਾ ਇੱਕ ਭਾਈ ਹੈ ਕ੍ਰਿਸ ਅੱਛਾ ਉਹਨਾਂ ਨੇ ਨਾ ਇੱਕ ਤੁਹਾਡੇ ਚੈਲੰਜ ਮੁਕਾਬਲੇ ਵਾਸਤੇ ਨਾ ਇੱਕ ਚਿਪਸ ਕੱਲੀ ਹੈ ਅੱਛਾ ਉਹ ਚਿਪਸ ਦੁਨੀਆ ਦੀ ਸਭ ਤੋਂ ਤੇਜ਼ ਮਿਰਚ ਦੀ ਬਣੀ ਹੈ ਓਏ ਹੋਏ ਅੱਛਾ ਮਿਰਚ ਤੇ ਭਾਈ ਮਿਰਚ ਤੇ ਪਹਿਲੇ ਬੜੇ ਹੀ ਚਾਲੂ ਅੱਛਾ ਜੀ ਤੇਜ਼ ਤੇਜ਼ ਦੁਨੀਆ ਦੀ ਮਰਜ਼ੀ ਜੀ ਓਏ ਹੋਏ ਇਹ ਕੁਛ ਸਪੈਸ਼ਲ ਮਿਰਚ ਲੱਗਦੀ ਹੈ ਐਡੇ ਵੱਡੇ ਡੱਬੇ 'ਚ ਮਿਰਚ ਹੈਗੀ ਬਸ ਐਡੇ ਵੱਡੇ ਡੱਬੇ 'ਚ ਸਿਰਫ ਦੋ ਚਿਪਸ ਦੇ ਹੋਣਗੇ ਛੋਟੇ ਛੋਟੇ ਚਿਪਸ ਨਹੀਂ ਹੁੰਦੀ ਹਾਂਜੀ ਅੱਛਾ ਉਹ ਇੱਕ ਚਿਪਸ ਦਾ ਇੱਕ ਪੀਸ ਤੁਸੀਂ ਖਾਣਾ ਬਸ ਓਏ ਹੋਏ ਹੋਏ ਤੇ ਮੁਕਾਬਲਾ ਇਹ ਹੈਗਾ ਕਿ ਜਿਹੜਾ ਦੁੱਧ ਪਹਿਲੇ ਪੀ ਲੇਗਾ ਨਾ ਉਹ ਹਾਰ ਜਾਏਗਾ ਟੀ ਟੇਜ਼ ਮਿਰਚ ਹੋਣੀ ਅੱਛਾ ਜੀ ਲਿਆਓ ਜਨਾਬ ਬਿਸਮਿਲਲਾ ਕਰੋ ਤੇ ਜਿਹੜਾ ਜਿੱਤੇਗਾ ਉਹਨੂੰ ਮੈਡਲ ਦਿੱਤਾ ਜਾਏਗਾ ਅੱਛਾ ਜੀ ਮੁਹੱਬਤਲਾ ਭੇਜਿਆ ਨਾ ਜ਼ਹਿਰ ਵੀ ਹੁੰਦਾ ਤੇ ਅਸੀਂ ਖਾਇਆ ਰਹੇ ਸੀ ਇਹ ਖੋਲ ਦਈਏ ਜੀ ਇਹ ਛੋਟੀਆਂ ਜਿਹੀਆਂ ਮਿਰਚਾਂ ਨੇ ਸਾਰਿਆਂ ਨੇ ਦੁੱਧ ਬਾਅਦ 'ਚ ਪੀਏਗਾ ਨਾ ਉਹੀ ਜਿੱਤੇਗਾ ਦੁੱਧ ਪਹਿਲਾਂ ਜਿਹੜੇ ਪੀ ਲਿਆ ਉਹ ਹਾਰ ਗਿਆ ਚਲੋ ਜੀ ਆਹ ਮਿਰਚੇ ਕੀ ਹੈ ਇਹਦੇ 'ਚ ਟੋਕਰ ਜਿਹਾ ਚਿਪਸ ਹੈਗੀ ਹੈ ਇੱਕੋ ਹੀ ਪੀਸ ਹੈ ਵਿੱਚ ਇਹਦੇ ਚਿਪਸ ਦਾ ਇੱਕ ਪੀਸ ਹੈ ਲਓ ਜੀ ਬਿਸਮਿਲਲਾ ਮੇਰੇ ਤਾਂ ਪਹਿਲੇ ਮੂੰਹ 'ਚ ਪਾਣੀ ਆਉਣ ਲੱਗ ਗਿਆ ਖੋਲ ਲਿਆ ਜੀ ਇਹਨੂੰ ਬਿਸਮਿਲਲਾ ਪੜ੍ਹ ਕੇ ਖੋਲੋ ਬਸ ਇੱਕ ਯਾਰ ਕ੍ਰਿਸ ਲੱਗਦਾ ਤੂੰ ਮੈਨੂੰ ਮਿਰਚਾਂ ਨਹੀਂ ਖਾਂਦਾ ਕਹਿੰਦਾ ਇੱਕ ਵੀ ਕਾਫੀ ਹੈ ਇਹ ਟੁੱਟੀ ਹੈ ਜੀ ਹਾਂ ਤੇ ਚਿਪਸ ਹੈ ਜੀ ਮਿਰਚ ਕਿੱਥੋਂ ਹੈ ਇੱਕੋ ਹੀ ਪੀਸ ਖਾਣਾ ਬਿਸਮਿਲਲਾ ਵਾਕਈ ਮਿਰਚਾਂ ਤੇਜ਼ ਨੇ ਯਾਰ ਪੰਜ ਚਾਰ ਛੇ ਤੇ ਭੇਜਦਾ ਇਹ ਕਦੀ ਨਾ ਸਾਡਾ ਪੰਜਾਬੀਆਂ ਦਾ ਕੀ ਬਣਨਾ ਅਸੀਂ ਪੰਜਾਬ ਦੇ ਦੇਸੀ ਲੋਕ ਮੋਟੀਆਂ ਮਿਰਚਾਂ ਰਗੜ ਕੇ ਖਾਣ ਵਾਲੇ ਇਹ ਤੂੰ ਕਾਲੀਆਂ ਮਿਰਚਾਂ ਨਾਲ ਚਿਪਸ ਜੀ ਬਣਾ ਕੇ ਆਲੂ ਦੀ ਇੰਨੀ ਜੀ ਟਿੱਕੀ ਭੇਜ ਥੋੜ੍ਹੀ ਮੈਂ ਕਸ਼ਟ ਕੱਟਿਆ ਤੂੰ ਹੁਣ ਪਤਾ ਲੱਗ ਜਾਏਗਾ ਤੁਹਾਨੂੰ ਪਤਾ ਹੀ ਲੱਗਣਾ ਅਸੀਂ ਦੇਸੀ ਲੋਕ ਦੇਸੀ ਮਿਰਚਾਂ ਖਾਣ ਵਾਲੇ ਜਲਦੀ ਦੁੱਧ ਪੀ ਲਿਆ ਤੁਸੀਂ ਵਾਹ ਚੀਤਾ ਦਿਖਿਆ ਜੀ ਹੁਣ ਬਰਦਾਸ਼ਤ ਕਰਨਾ ਜੀ ਕਿੰਨਾ ਕੁ ਬਰਦਾਸ਼ਤ ਹੋ ਜਾਏਗਾ ਜਨਾਬ ਇਹ ਤਾਂ ਵੱਧਦਾ ਜਾ ਰਿਹਾ ਕੰਮ ਤੂੰ ਪੀ ਲੈ ਪਹਿਲਾਂ ਯਾਰ ਮੈਨੂੰ ਤਾਂ ਜਿਤਾ ਮੈਂ ਪਾਗਲ ਹਾਂ ਠੀਕ ਆ ਮੈਂ ਤੇਰਾ ਛੋਟਾ ਭਰਾ ਲੜ ਪਈ ਬਈ ਹਾਏ ਹੋਏ ਮੇਰੇ ਅੱਖਾਂ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਮਿਰਚੋ ਆਵੇ ਨਾ ਜਿਵੇਂ ਪਹਿਲਾਂ ਅਸੀਂ ਖਾਧੀ ਸੀ ਚੀਜ਼ ਉਹਦੇ ਨਾਲ ਤੇਜ਼ ਨੇ ਉਹ ਤੁਸੀਂ ਆਪੇ ਕਹੋਗੇ ਦੁੱਧ ਪੀਓਗੇ ਜਾਂ ਅਸੀਂ ਆਪੇ ਮੰਗਾਂਗੇ ਤੁਸੀਂ ਅਗਰ ਮੰਗ ਲਓਗੇ ਤਾਂ ਹਾਰ ਜਾਓਗੇ ਓਏ ਯਾਰ ਵੈਸੇ ਮਜ਼ਾ ਆਇਆ ਇਸ ਚੀਜ਼ ਅੱਛਾ ਨਾ ਤੂੰ ਪੀਣਾ ਜ਼ਿੱਦ 'ਚ ਨਾ ਮੈਂ ਪੀਣਾ ਅਤੇ ਦੋਵਾਂ ਦੀ ਨੁਕਸਾਨ ਦੋਵਾਂ ਦਾ ਹੀ ਹੈ ਹੋਰ ਲੱਭੀਏ ਹੈ ਨਾ ਕ੍ਰਿਸ ਸਾਹਿਬ ਇਹ ਸ਼ੇਰ ਬਣਿਆ ਨਾ ਅਤੇ ਮੇਰੀ ਮਾਂ ਵੀ ਮੈਨੂੰ ਸ਼ੇਰ ਹੀ ਕਹਿੰਦੀ ਹੁੰਦੀ ਸੀ ਅਤੇ ਮੈਂ ਸ਼ੇਰ ਹੀ ਹਾਂ ਮੈਂ ਮੈਨੂੰ ਤਾਂ ਇਹ ਚੱਕੀ ਲੱਗ ਗਈ ਹੈ ਮੇਰਾ ਤਾਂ ਬਣਦਾ ਜੇ ਪੀਣਾ ਵੇਲਾ
ਉਹ ਮੇਰੀ ਤਾਂ ਜ਼ਬਾਨ ਤਾਲੂ ਸਾਰਾ ਕੁਛ ਸਾਰ ਰਿਹਾ ਬੋਲ ਹੀ ਨਹੀਂ ਹੋ ਰਿਹਾ ਵਾ ਕੀ ਕਰਾਂ ਕੋਈ ਚੀਨੀ ਨਹੀਂ ਕੀ ਕੋਈ ਮਿੱਠਾ ਤਾਂ ਦਿਓ ਥੋੜ੍ਹਾ ਜਿਹਾ ਓਏ ਹੋਏ ਹੋਏ ਕੀ ਜ਼ੁਲਮ ਕੀਤਾ ਸਾਡੇ ਨਾਲ ਹੁਣ ਬਰਦਾਸ਼ਤ ਕਰੀਏ ਮੇਰਾ ਅੱਖਾਂ ਪਾਣੀ ਆਉਣਾ ਸ਼ੁਰੂ ਹੋ ਗਿਆ ਅੱਗੇ ਕਹਿ ਦੋ ਐਟਮ ਵੀ ਐਸੀ ਹੈ ਨਾ ਜਨਾਬ ਜ਼ਬਰਦਸਤ ਮਿੱਟੀ ਦਾ ਬਣਿਆ ਮੈਂ ਤਾਂ ਲੂਹਿਆ ਗਿਆ ਜੇ ਹਿਚਕੀ ਵੀ ਲੱਗ ਗਈ ਉਹ ਮੈਨੂੰ ਉਹ ਮੇਰੇ ਤਾਂ ਕੰਨਾਂ ਥਾਣੀ ਧੂਏ ਨਿਕਲਣੇ ਸ਼ੁਰੂ ਹੋ ਗਏ ਨੇ ਹੋਏ 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 ਉਹ ਕ੍ਰਿਸ਼ ਸਾਹਿਬ ਇਹ ਕਿਹੜਾ ਕ੍ਰਿਸ਼ਮਾ ਵਹਾਤ ਆ ਜੇ ਮੇਰੀਆਂ ਤਾਂ ਅੱਖਾਂ 'ਚੋਂ ਪਾਣੀ ਆ ਗਿਆ ਨਾਨੀ ਯਾਦ ਆ ਗਈ ਹੈ ਇਨਾਮ ਹੈਗਾ ਜੀ ਇਹਦਾ ਅੱਛਾ ਜੀ ਨਾਮ ਵੀ ਮੋਹਰ ਲੱਗੀ ਅੱਛਾ ਜ਼ਬਰਦਸਤ ਮੇਰਾ ਤਾਂ ਦਿਲ ਕਰਦਾ ਘੁੰਮ ਹੀ ਜਾਵਾਂ ਯਾਰ ਮੈਂ ਅਗਲੇ ਦਿਨ ਹਰੀ ਮਿਰਚ ਵੀ ਖਾਧੀ ਲੇਕਿਨ ਉਹ ਇਹਦੇ ਨਾਲ ਬਹੁਤ ਘੱਟ ਤੇਜ਼ ਇਹ ਅਖੀਰ ਹੀ ਹੋ ਗਈ ਜਿਹੜਾ ਮੈਂ ਬੋਲ ਵੀ ਨਹੀਂ ਸਕ ਰਿਹਾ ਅੱਡੀ ਸਾੜ ਵੈਰੈ ਸੇਕ ਨਿਕਲੇ ਹੋਂਟਾਂ 'ਚੋਂ ਜ਼ਬਾਨ 'ਚੋਂ ਮੈਂ ਕਹਿ ਰਿਹਾ ਜੀ ਮੂੰਹ ਦੇ ਵਿੱਚੋਂ ਜਿਵੇਂ ਅੱਗ ਨਿਕਲਦੀ ਪਈ ਮੇਰੀ ਜ਼ਬਾਨ ਇੰਨੀ ਕੁ ਸੜ ਰਹੀ ਨਾ ਮੇਰੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਅੰਨਾ ਜਿਤਨਾ ਮੁਕੱਦਰ ਦੀ ਗੱਲ ਹੁੰਦੀ ਹੈ ਅੰਨਾ ਵੀ ਪਲਵਾਣਾ ਦਾ ਕੰਮ ਹੈ ਫਟਾਫਟ ਪੀਰ ਫਿਰ ਮੈਂ ਸ਼ੁਰੂ ਕਰਾਂ ਨਹੀਂ ਕੋਈ ਗੱਲ ਨਹੀਂ ਬਿਸਮਿਲਲਾ ਵਾਹ ਜੀ ਲਿਆਓ ਜੀ ਹੁਣ ਸਾਨੂੰ ਵੀ ਹੁਣ ਤਾਂ ਪੀ ਸਕਦਾ ਜੀ ਨਾ ਮੈਂ ਪਾਣੀ ਕਢਾ ਦਿੱਤਾ ਖਾਣ ਨੂੰ ਚਲੋ ਜੀ ਨੂਰ ਅੱਗੇ ਪਿਆ ਲਾੜਾ ਇੰਨੀ ਦੇਰ ਇਹਨੂੰ ਇੰਤਜ਼ਾਰ ਨਹੀਂ ਕਰਾਈਦਾ ਗੁਨਾਹ ਹੁੰਦਾ ਪੀ ਲਓ ਫਿਰ ਜੇ ਦਿਲ ਦਿਲ ਕਰਦਾ ਸਾਡਾ ਤਾਂ ਮੇਰਾ ਤਾਂ ਕਰਦਾ ਹੀ ਰਾਣਾ ਸਾਹਿਬ ਤੁਹਾਡੇ ਕੋਲੋਂ ਤਾਂ ਅੱਲਾ ਹੀ ਬਚਾਏ ਤੁਸੀਂ ਤਾਂ ਠੀਕ ਠਾਕ ਆਦਮੀ ਹੋ ਸ਼ੁਕਰ ਹੈ ਅਲਹਮਦੁਲਿਲਾ ਕਿਲੋ ਦੁੱਧ ਪੀਵਾਂਗੇ ਤਾਂ ਫਿਰ ਕਿਤੇ ਸਕੂਨ ਆਉਣਾ ਮੈਦੇ ਦੇ ਵਿੱਚ ਨਹੀਂ ਤਾਂ ਗਲਾਸ ਦੁੱਧ ਦਾ ਕੀ ਬਣਨਾ ਉੱਥੇ ਘਰੋਂ ਜਾ ਕੇ ਖਾਲਸ ਮੱਝਾਂ ਦਾ ਦੁੱਧ ਪੀਂਦੇ ਹਾਂ ਉਹਦੇ ਨਾਲ ਕੁਛ ਬਣੇਗਾ ਉਹਦੇ ਸਾਰੀ ਮੱਖਣ ਸ਼ੱਕਣ ਘਿਓ ਸ਼ਿਓ ਸਾਰੀ ਪ੍ਰੋਟੀਨ ਵਿੱਚ ਹੀ ਹੁੰਦੀ ਉਹਦੇ ਅਤੇ ਉਹ ਜਾ ਕੇ ਮੂੰਹ ਦਾ ਸਾਲ ਖਤਮ ਕਰੇਗਾ ਸਾਡਾ ਜਾ ਕੇ ਕਿਧਰੇ ਕੈਸਾ ਲੱਗਾ ਫਿਰ ਅੱਜ ਦਾ ਮੁਕਾਬਲਾ ਕਿਆ ਬਹੁਤ ਅੱਛਾ ਜੀ ਹੋਈ ਹੋਈ ਜ਼ਬਰਦਸਤ ਇੰਨੀ ਤੇਜ਼ ਮਿਰਚ ਪਹਿਲੇ ਕਦੀ ਖਾਧੀ ਤੁਸੀਂ ਅਸੀਂ ਮਿਰਚ ਤੋਂ ਉਮਰ ਚਾਲੂ ਹੈਗੀਆਂ ਕਿਉਂਕਿ ਤੁਸੀਂ ਮਰਚ ਨੂੰ ਖਵਾਉਂਦੇ ਜੀ ਹੁਣ 2 ਘੰਟੇ ਦਾ ਅੱਜ ਕਸਰ ਲੈ ਤੇ 3 ਘੰਟੇ ਸੁਬਹ ਲੈ ਜੀ ਮੈਂ ਤਾਂ ਕਹਿੰਦਾ ਤੁਸੀਂ ਮੈਡਮ ਜਿੱਤ ਗਏ ਤੁਸੀਂ ਅੱਜ ਥੈਂਕ ਯੂ ਮਿਹਰਬਾਨੀ ਅਜੇ ਪੀਆਂ ਨਾ ਮੇਰਾ ਪੀ ਲਵੇ ਕੈਸਾ ਲੱਗਿਆ ਫਿਰ ਮੁਕਾਬਲਾ ਅੱਜ ਦਾ ਵਾਹ ਜੀ ਪੀ ਲਿਆ ਇਹ ਕਦੇ ਨਾ ਭੁੱਲਣ ਵਾਲਾ ਮੁਕਾਬਲਾ ਜੀ ਇਹਦੇ ਨਾਲ ਤਾਂ ਸਾਨੂੰ 5-5 ਲੀਟਰ ਮਾਰ ਲੈਂਦੇ ਨੇ ਉਹ ਬਿਹਤਰ ਸੀ ਮੇਰੇ ਖਿਆਲ ਦੇ ਮੁਤਾਬਕ ਪੂਰਾ ਤਾਂ ਕੱਢ ਲਾ ਰਾਣਾ ਜੀ ਪੀ ਰਿਹਾ ਮੈਂ ਇੱਕਦਮ ਪੀਣਾ ਨਾ ਉਹੀ ਮਿਰਚ ਦਾ ਨਿਸ਼ਾਨ ਹੈ ਜੀ ਆਹ ਵੇਖੋ ਬੰਦੇ ਨੇ ਮਿਰਚ ਗਾਈ ਹੈ ਆਹ ਭਾਈ ਬੜੀ ਸਾਲ ਮਿਰਚ ਭਗਵਾਨ ਜੀ ਤੁਸੀਂ ਲਾਈ ਅੱਜ ਅਲੱਗ ਪਤਾ ਗਿਆ ਟੋਪੀ ਵੀ ਪਾਈ ਕੀ ਮੁਕਾਬਲਾ ਯਾਰ ਇਹ ਨਹੀਂ ਕਦੇ ਭੁੱਲੇਗਾ ਦੇਸੀ ਬੰਦੇ ਅਸੀਂ ਅੱਡੇ ਅੱਡੇ ਗਲਾਸ ਪੀਣਾ ਨੇ ਲਵਾਂ ਇਹ ਨਿੱਕੀ ਜਿਹੀ ਗਲਾਸੀ ਕੀ ਕਹਿੰਦੀ ਅੱਛਾ ਜੀ ਦੁੱਧ ਅਸੀਂ ਪੀ ਦਿੱਤਾ ਨਾ ਅਸੀਂ ਜਿੱਤ ਵੀ ਗਏ ਮੈਡਲ ਜਿੱਤਿਆ ਸੀ ਜ਼ਬਰਦਸਤ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਜ਼ਰੂਰ ਵਜਾ ਕਰੋ ਫੀ ਅਮਾਨ ਅੱਲਾਹ